ਮਥੁਰਾ ਦੀ ਗੋਬਿੰਦ ਕਲੋਨੀ ਦੇ ਵਿੱਚ ਦੇਰ ਰਾਤ ਕਰੀਬ 2 ਵਜੇ ਘਰ ਦੇ ਬਾਹਰ ਖੜੀ ਕ੍ਰੇਟਾ ਨੂੰ ਫਿਲਮੀ ਸਟਾਈਲ ਦੇ ਨਾਲ ਚੋਰੀ ਕੀਤਾ ਗਿਆ। ਐਸਡੀਐਮ ਰਾਜਪੁਰਾ ਦੀ ਰਿਹਾਇਸ਼ ਦੇ ਨੇੜੇ ਹੀ ਗੱਡੀ ਚੋਰੀ ਕੀਤੀ ਗਈ ਹੈ। ਦੇਰ ਰਾਤ ਘਰ ਦੇ ਬਾਹਰ ਖੜੀ ਕ੍ਰੇਟਾ ਨੂੰ 2 ਵਿਅਕਤੀ ਕਾਲੇ ਰੰਗ ਦੀ ਗੱਡੀ ਦੇ ਵਿੱਚ ਆਏ ਨੇ ਅਤੇ ਲੈਪਟਾਪ ਦੇ ਨਾਲ ਗੱਡੀ ਨੂੰ ਸਟਾਰਟ ਕੀਤਾ ਗਿਆ ਅਤੇ ਫਿਰ ਚੋਰੀ ਕਰਕੇ ਲੈ ਗਏ ਨੇ। ਦੱਸਦੇ ਕਿ ਰਾਜਪੁਰਾ ਦੇ ਵਿੱਚ ਸੰਘਣੀ ਧੁੰਦ ਹੋਣ ਕਰਕੇ ਚੋਰ ਇਸ ਗੱਲ ਦਾ ਫਾਇਦਾ ਚੁੱਕ ਗਏ ਨੇ। ਉਹ ਲੋਕ ਇਸ ਗੱਲ ਨੂੰ ਲੈ ਕੇ ਸਹਿਮੇ ਹੋਏ ਨੇ ਕਿ ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਰਹੇ ਨੇ। ਇਸ ਮੌਕੇ ਤੇ ਨਿਊਜ਼ 89 ਪੰਜਾਬ ਦੇ ਮੁੱਖ ਸੰਪਾਦਕ ਸੰਦੀਪ ਚੌਧਰੀ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਾਰ ਦੇ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਹੈ। ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਸ ਮੌਕੇ ਤੇ ਉਹਨਾਂ ਦਾ ਕੀ ਕੁਝ ਕਹਿਣਾ ਸੀ। ਕਹਿੰਦੇ ਜਦ ਕਾਰ ਦਾ ਮੁਖੀ ਸੁਸਤ ਹੋਵੇ ਤਾਂ ਕਾਰ ਦੇ ਜੀ ਕੀ ਕਰਨਗੇ। ਮੇਰਾ ਮਤਲਬ ਇਹ ਹੈ ਕਿ ਜੇ ਪੁਲਿਸ ਹੀ ਸੁਸਤ ਹੋਵੇ ਤਾਂ ਪ੍ਰਸ਼ਾਸਨ ਪਬਲਿਕ ਦੀ ਕਿਸ ਤਰ੍ਹਾਂ ਸਾਥ ਲਏਗਾ, ਪਬਲਿਕ ਕੀ ਕਰੇਗੀ। ਜੀ ਹਾਂ, ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿਉਂਕਿ ਅਸੀਂ ਖੜ੍ਹੇ ਹਾਂ ਗੋਬਿੰਦ ਕਲੋਨੀ ਦੇ ਵਿੱਚ ਅਤੇ ਤੁਹਾਨੂੰ ਦੱਸ ਦਈਏ ਕਿ ਗੋਬਿੰਦ ਕਲੋਨੀ ਦੇ ਵਿੱਚ ਚੋਰੀ ਹੋਈ ਹੈ, ਕਾਰ ਦੀ ਚੋਰੀ। ਥੋੜ੍ਹੇ ਦਿਨ ਪਹਿਲਾਂ ਰਾਜਪੁਰਾ ਇਲਾਕੇ ਦੇ ਵਿੱਚ ਇੱਕ ਕਰੇਟਾ ਚੋਰੀ ਹੁੰਦੀ ਹੈ ਬੜੇ ਆਰਾਮ ਦੇ ਨਾਲ। CCTV ਕੈਮਰੇ 'ਚ ਦਿਖ ਰਿਹਾ ਕਿ ਉਹ ਬੜੇ ਆਰਾਮ ਨਾਲ ਕਰੇਟਾ ਨੂੰ ਚੋਰੀ ਕਰਕੇ ਲੈਂਦੇ ਆ, ਜਿਸ ਤਰ੍ਹਾਂ ਉਹਨਾਂ ਦੇ ਹੱਥ ਦੇ ਵਿੱਚ ਉਸ ਕਰੇਟਾ ਦੀ ਚਾਬੀ ਸੀ। ਇਸ ਤਰ੍ਹਾਂ ਹੀ ਫਿਲਮੀ ਸਟਾਈਲ ਦੇ ਨਾਲ ਰਾਤੀ ਵੀ ਇੱਕ ਗੋਬਿੰਦ ਕਲੋਨੀ ਦੇ ਵਿੱਚ ਚੋਰੀ ਹੋਈ ਹੈ। SDM ਸਾਹਿਬ ਦਾ ਘਰ ਨੇੜੇ ਹੈ ਅਤੇ ਪ੍ਰਸ਼ਾਸਨ ਬਿਲਕੁਲ ਖਾਮੋਸ਼ ਹੈ ਅਤੇ ਉਰੇ ਚੋਰੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਹੈਗਾ ਜਿਨ੍ਹਾਂ ਦੀ ਕਾਰ ਚੋਰੀ ਹੋ ਚੁੱਕੀ ਹੈ। CCTV ਕੈਮਰੇ ਦੇ ਵਿੱਚ ਜੋ ਨਿਊਜ਼ 89 ਤੁਹਾਨੂੰ ਲਗਾਤਾਰ ਫੁਟੇਜ ਦਿਖਾ ਰਿਹਾ ਕਿਸ ਤਰ੍ਹਾਂ ਚੋਰ ਜਿਹੜੇ ਹੈ ਬੜੇ ਆਰਾਮ ਦੇ ਨਾਲ ਆਉਂਦੇ ਹੈ, ਗੱਡੀ ਚੋਰੀ ਕਰਦੇ ਹੈ ਅਤੇ ਉਰ ਤੋਂ ਗੱਡੀ ਚੋਰੀ ਕਰਕੇ ਫਰਾਰ ਹੋ ਜਾਂਦੇ ਆ। ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਗੱਡੀ ਚੋਰੀ ਹੋਈ ਹੈ। ਕੀ ਕਹਿਣਾ ਚਾਹੋਗੇ ਲੱਕੀ ਜੀ, ਕਿਸ ਤਰ੍ਹਾਂ ਗੱਡੀ ਚੋਰੀ ਹੋਈ ਤੁਹਾਡੀ, ਕਿਸ ਤਰ੍ਹਾਂ ਦੀ ਖੜੀ ਕੀਤੀ ਗੱਲ? ਗੱਡੀ ਰਾਤ ਜੀ ਦੇਖੋ 2:24 'ਤੇ ਚੋਰ ਆਏ ਨੇ, ਕਾਲੀ ਗੱਡੀ 'ਤੇ ਆਏ ਨੇ। ਸਿਆਜ ਜਾਂ ਸਵਿਫਟ ਗੱਡੀ ਸੀ ਉਹਨਾਂ ਦੇ ਕੋਲ ਅਤੇ ਇੱਕ ਬੰਦਾ ਬਾਹਰ ਨਿਕਲਿਆ, ਬਸ 3 ਮਿੰਟ ਦੇ ਵਿੱਚ ਉਹ ਗੱਡੀ ਲੈ ਕੇ ਚਲੇ ਗਏ ਨੇ। ਪਹਿਲਾਂ ਸਾਡੇ ਗੇਟ ਨੂੰ ਬਾਹਰੋਂ ਤਾਲਾ ਲਾਤਾ, ਕਿਉਂਕਿ ਜਦੋਂ ਅਸੀਂ ਸਵੇਰੇ ਉੱਠੇ ਦੇਖਿਆ ਕਿ ਬਾਹਰੋਂ ਤਾਲਾ ਲੱਗਾ ਹੋਇਆ, ਅਸੀਂ ਅੰਦਰੋਂ ਗੇਟ ਖੋਲ੍ਹਿਆ ਜਿਵੇਂ ਚਾਬੀ ਨਾਲ ਅਤੇ ਗੇਟ ਨਹੀਂ ਖੁੱਲ੍ਹਿਆ। ਅਤੇ ਬਾਅਦ 'ਚ ਜਦੋਂ ਦੇਖਿਆ ਬਾਹਰਲੇ ਪਾਸੇ ਕਿ ਬਾਹਰੋਂ ਤਾਲਾ ਲੱਗਿਆ ਹੋਇਆ, ਸਾਨੂੰ ਤਾਂ ਸ਼ੱਕ ਹੋਇਆ, ਗੱਡੀ 'ਤੇ ਸਾਡੀ ਨਿਗਾਹ ਉਦੋਂ ਵੀ ਨਹੀਂ ਪਈ। ਫਿਰ ਅਸੀਂ ਜਦੋਂ ਕੈਮਰਾ ਚੈੱਕ ਕੀਤਾ, ਗੱਡੀ ਵੱਲ ਧਿਆਨ ਗਿਆ ਕਿ ਸਾਡੀ ਗੱਡੀ ਨਹੀਂ ਦਿਖ ਰਹੀ ਬਾਹਰ, ਤਾਂ ਫਿਰ ਸਾਰੀ ਜਦੋਂ ਚੈਕਿੰਗ ਕੀਤੀ 2:24 'ਤੇ ਕਾਲੀ ਗੱਡੀ 'ਤੇ ਇਸ ਪਾਸਿਓਂ ਆਏ ਨੇ ਚੋਰ ਅਤੇ ਉਹਨਾਂ ਨੇ 2-3 ਮਿੰਟ ਲਾਏ ਨੇ, ਗੱਡੀ ਲੈ ਕੇ ਚਲੇ ਗਏ ਆ ਉਹ। ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਪਹਿਲਾਂ ਵਿਕਾਸ ਨਗਰ ਵਿੱਚ ਵੀ ਕਰੇਟਾ ਹੀ ਚੋਰੀ ਹੋਈ ਹੈ ਔਰ ਉੱਥੇ ਵੀ ਜਿਹੜੇ ਚੋਰੀ ਕਰਨ ਆਏ ਸੀ ਉਹਨਾਂ ਕੋਲ ਵੀ ਕਾਲੀ ਗੱਡੀ ਸੀ ਅਤੇ ਇਹ ਸੇਮ ਹੀ ਗਰੋਹ ਲੱਗ ਰਿਹਾ ਸਾਰਾ, ਅਤੇ ਇਹਦੇ 'ਤੇ ਪੂਰਾ ਗੌਰ ਕੀਤਾ ਜਾਵੇ ਕਿਉਂਕਿ ਚੋਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇਸ ਕਰਕੇ ਧਿਆਨ ਦਿੱਤਾ ਜਾਵੇ ਇਸ ਚੀਜ਼ 'ਤੇ। ਅਸੀਂ ਤਾਂ ਫਿਰ ਵੀ ਬੜੇ ਅੱਛੇ ਇਲਾਕੇ ਦੇ ਵਿੱਚ ਬੈਠੇ ਹਾਂ, SDM ਦੀ ਕੋਠੀ ਸਾਹਮਣੇ ਹੈ, ਇੱਕ ਬੰਦਾ ਉੱਥੇ ਖੜ੍ਹਾ ਹੁੰਦਾ, ਉਹਨਾਂ ਨੇ ਤਾਂ ਵੀ ਕਿਸੇ ਗੱਲ ਦਾ ਮਤਲਬ ਕਿ ਉਹਨਾਂ ਨੂੰ ਡਰ ਨਹੀਂ ਹੈਗਾ ਸੀ, ਬੜੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਹੈ। ਅਤੇ ਇਹੀ ਬਸ ਬੇਨਤੀ ਹੈ ਕਿ ਹੁਣ ਅੰਦਰੋਂ ਇੱਕ ਤਾਂ ਮਨ ਜਿਹਦੇ ਨਾਲ ਬੀਤਦੀ ਉਹਨੂੰ ਪਤਾ ਹੁੰਦਾ ਹੈ, ਹੁਣ ਮੈਨੂੰ ਪਤਾ ਵੀ ਕਿੰਨਾ ਮਨ ਪਰੇਸ਼ਾਨ ਹੁੰਦਾ, ਕਿੰਨਾ ਮਨ ਦੁਖੀ ਹੁੰਦਾ, ਨਹੀਂ ਬੰਦਾ ਦੱਸ ਸਕਦਾ ਬੋਲ ਕੇ, ਪਰ ਇਹ ਹੈ ਵੀ ਇਹਦਾ ਹੱਲ ਕੀ ਹੈ, ਕਿਸ ਤਰ੍ਹਾਂ ਇਹਦਾ ਕੋਈ ਹੱਲ ਨਹੀਂ ਨਜ਼ਰ ਆਉਂਦਾ ਕਿ ਉਹਨਾਂ ਨੇ ਕੋਈ ਰੇਕੀ ਕੀਤੀ ਸੀ ਗੱਡੀ ਦੀ ਜਾਂ ਜਿਵੇਂ ਤਾਲਾ ਤੁਸੀਂ ਦੱਸ ਰਹੇ ਹੋ ਕਿ ਬਾਹਰ ਤਾਲਾ ਲਾਇਆ ਸੀ ਘਰ ਦੇ। ਜਦੋਂ ਆਏ ਨੇ ਉਹਨਾਂ ਨੇ ਬਸ ਪਹਿਲਾਂ ਸਟਾਰਟਿੰਗ ਦੇ ਵਿੱਚ ਆ ਕੇ ਤਾਲਾ ਲਾਇਆ ਕਿ ਕੋਈ ਅੰਦਰੋਂ ਇੱਕਦਮ ਆ ਨਾ ਜਾਵੇ, ਵੀ ਕਈ ਵਾਰੀ ਹੁੰਦਾ ਨਾ ਵੀ ਚੋਰੀ ਕਰਦੇ ਨੂੰ ਕੋਈ ਦੇਖ ਲਵੇ ਜਾਂ ਬਾਹਰੋਂ ਅੰਦਰੋਂ ਆਉਣ ਦੀ ਜਿਵੇਂ ਬੰਦਾ ਕੋਸ਼ਿਸ਼ ਕਰਦਾ, ਉਹਨਾਂ ਦਾ ਦਿਮਾਗ ਦੀ ਖੇਡ ਸੀ ਇਹ ਕਿ ਪਹਿਲਾਂ ਉਹਨਾਂ ਨੇ ਬਾਹਰੋਂ ਤਾਲਾ ਲਾਇਆ, ਤਾਲਾ ਲਾ ਕੇ ਉਸ ਤੋਂ ਬਾਅਦ ਫਿਰ ਉਹ ਗੱਡੀ 2-3 ਮਿੰਟ ਦੇ ਵਿੱਚ ਲੈ ਕੇ ਨਿਕਲ ਗਏ ਨੇ ਬਸ। ਠੀਕ ਹੈ ਜੀ, ਤੁਸੀਂ ਕੀ ਕਹਿਣਾ ਚਾਹੋਗੇ ਕਿ SDM ਸਾਹਿਬ ਦਾ ਘਰ ਨੇੜੇ ਹੈ ਤੇ ਤੁਸੀਂ ਕੀ ਮੰਗ ਕਰਦੇ ਹੋ? ਵੀਰ ਜੀ, ਅਸੀਂ ਤਾਂ ਇਹ ਕਹਿ ਰਹੇ ਹਾਂ, ਅਸੀਂ ਗੁਰੂ ਅਰਜਨ ਦੇਵ ਕਲੋਨੀ ਤੋਂ ਆਏ ਹਾਂ। ਜਦੋਂ ਅਸੀਂ ਇੱਥੇ ਆਏ ਨਹੀਂ ਸੀ ਨਾ, ਸਾਨੂੰ ਸਾਰਿਆਂ ਨੇ ਕਿਹਾ ਸੀ ਉੱਥੇ ਬਹੁਤ ਚੋਰੀਆਂ ਹੁੰਦੀਆਂ ਨੇ, ਤੁਸੀਂ ਉੱਥੇ ਸੇਫ ਨਹੀਂ ਹੈਗੇ ਗੋਬਿੰਦ ਕਲੋਨੀ ਦੇ ਵਿੱਚ। ਬਟ ਸਾਨੂੰ ਇਹ ਸੀਗਾ ਵੀ ਸਾਡੇ ਸਾਹਮਣੇ SDM ਦੀ ਕੋਠੀ ਹੈ, ਵੀ ਸਾਨੂੰ ਮੇਰੇ ਹਸਬੈਂਡ ਇਹੀ ਕਹਿੰਦੇ ਸੀਗੇ, ਮੈਂ ਖੁਦ ਵੀ ਸੇਫ ਨਹੀਂ ਫੀਲ ਕਰਦੀ ਸੀ ਇੱਥੇ, ਮੈਨੂੰ ਇਹ ਸੀ ਇੱਥੇ ਗਰੀਲਾ ਲਵਾ ਦਿਓ, ਇੱਥੇ ਸਾਰੀ ਸੈਟਿੰਗ ਕਰਾ ਦਿਓ। ਕਹਿੰਦੇ ਸੀ ਨਹੀਂ, ਸਾਹਮਣੇ SDM ਦੀ ਕੋਠੀ ਹੈ, ਵੀ ਆਪਾਂ ਸੇਫ ਹਾਂ, ਉਹਨਾਂ ਦਾ ਇੱਕ ਬੰਦਾ ਹਮੇਸ਼ਾ ਹੁੰਦਾ ਇੱਥੇ। ਹੁਣ ਸਾਡੇ ਇਹ ਦੇਖ ਲਓ ਤੁਸੀਂ, ਪਹਿਲਾਂ 2:22 ਦੇ ਉਹਨੇ ਗੇਟ ਨੂੰ ਤਾਲਾ ਲਾਇਆ, ਉਸ ਤੋਂ ਬਾਅਦ ਉਹਨੇ ਆਰਾਮ ਨਾਲ ਬੜੀ ਪੋਲਾਈਟਲੀ, ਕੋਈ ਉਹਨੇ ਸਟਰਗਲ ਨਹੀਂ ਕੀਤੀ ਚਾਬੀ ਲਾਉਣ ਦੇ ਵਿੱਚ, ਕੁਛ ਨਹੀਂ ਕਰਿਆ, 1 ਮਿੰਟ 'ਚ ਉਹ ਗੱਡੀ ਲੈ ਗਿਆ ਔਰ ਆ ਕੇ ਚੌਕੀਦਾਰ ਨੇ ਬਕਾਇਦਾ ਗੱਲ ਕਰੀ ਹੈ 10 ਤੋਂ 15 ਸੈਕਿੰਡ ਉਹਨੂੰ। ਮੈਂ ਵੀ ਪਤਾ ਨਹੀਂ ਕੀ ਪੁੱਛਿਆ, ਉਹ ਹੁਣ ਆਏਗਾ ਤਾਂ ਅਸੀਂ ਉਹਨੂੰ ਪੁੱਛਾਂਗੇ ਵੀ ਤੇਰੀ ਕੀ ਗੱਲ ਹੋਈ ਹੈ। ਪੁਲਿਸ ਨੂੰ ਕੰਪਲੇਂਟ ਕਰਾਈ? ਪੁਲਿਸ ਉਰੇ ਆਈ ਹੈ ਕੋਈ? ਹਾਂਜੀ ਆਈ ਹੈ, ਅਸੀਂ ਕੰਪਲੇਂਟ ਕਰੀਏ, ਪਹਿਲਾਂ ਤਾਂ ਮੇਰੇ ਹਸਬੈਂਡ ਨੇ ਫੋਨ ਕਰਿਆ, 10-15 ਕਾਲ ਕਰੀਏ, ਮਿਲਿਆ ਨਹੀਂ ਹੈਗਾ। ਫਿਰ ਮੇਰੇ ਬ੍ਰਦਰ ਇਨ ਲਾਅ ਨੇ ਕਾਲ ਕਰਿਆ, ਉਹਨਾਂ ਦੀ ਕਾਲ ਮਿਲੀ, ਉਸ ਤੋਂ ਬਾਅਦ 1.5 ਘੰਟੇ ਬਾਅਦ ਪੁਲਿਸ ਵਾਲਾ ਆਇਆ, ਸਿਰਫ ਸਿੰਗਲ ਪੁਲਿਸ ਵਾਲਾ ਆਇਆ ਇੱਕ, ਉਹਨੇ ਆ ਕੇ ਤਾਲਾ ਲਾ ਕੇ, ਅਸੀਂ ਤਾਲਾ ਆਪ ਨਹੀਂ ਸੀ ਖੋਲਿਆ, ਅਸੀਂ ਕਿ ਉਹੀ ਖੋਲਣਗੇ, ਉਹਨਾਂ ਨੇ ਫੋਟੋ ਕਲਿੱਕ ਕਰਕੇ ਤਾਲਾ ਖੁਲਵਾਇਆ, ਸਿਰਫ ਉਹਨਾਂ ਨੇ ਰਿਕਾਰਡਿੰਗ ਦੇਖੀ ਹੈ, ਹੋਰ ਉਹਨਾਂ ਨੇ ਕੁਛ ਵੀ
भी नहीं करे, ना उन्होंने गली के कैमरे चेक किए ने, ना उन्होंने चौकीदार का पता कराया भी चौकीदार कौन है, पता करो कितों आया, उन्होंने पूछिए, बस यही क्या अभी कोशिश करा अभी कोशिश कर गेट वगैरह भी लगने जा रहे हैं गेट नहीं। हाँ वीर जी, असं प्रशासन को जो इतने होने से ना एम सी दी वोटा उस तो पहला साड़ी सारी गली गई सी भी सानू गेट लवा दो, ठीक है, असी हज़ार हज़ार रुपये आप भरन तैयार हाँ, जिन्हें तुम कहोगे असं डिवाइड कर लेंगे सारे, ठीक है, बट कोई स्टैप ही नहीं चकता, ये सामने वाले इन्होंने स्टैप चकिया, इधर नाल डॉक्टर ओम प्रकाश ने उन्होंने स्टैप चकिया, बट कोई सुनता ही नहीं है इतने। तुम देख सकते हो कि परिवार जो है बड़ा दुखी चाहे, इस टाइम उन्होंने गड्डी जी चोरी हो चुकी है, मैं तुम दिखावगा इस जगह पर वो गड्डी खड़ी सी, तो यह जो सीसी टीवी कैमरे लगे हैं इसी साफ देखा जा सकता, जो असी न्यूज़ 18 पंजाब से तुम्हें लगातार तस्वीर दिखा रहे कि सीसी टीवी कैमरे के किस तरह गड्डी चोरी हुई है। साढ़े नाल इस वार्ड के एम सी इस टाइम मौजूद आप इन्होंने गल कर लेने की कहना चाहोगे संजू जी, गड्डी चोरी हो चुकी है, इन्हों का कहना यह है कि गेट वगैरह भी लगाने वास्ते कई बार कह चुके हैं और गेट नहीं लगे। गेट तो देखो जी सारी कलोनी का आपसी सहमति नहीं बनती ता करके गेट नहीं लगे, नहीं तो जे सारे की सहमति बने तो गेट लगाने को तैयार है, कोई दिक्कत नहीं। इनका कहना है कि पुलिस प्रशासन हजे तक कोई कार्रवाई नहीं हुई, पुलिस प्रशासन हमने मेरी SHO साहब ना गल हुई है, वो कहते FIR दर्ज कर रहे हैं, बंदा सा इतों देख गया सारा तो थोड़ी देर चो FIR दर्ज कर लग गया। ठीक है जी, कहना चाहोगे जी है जी एक दुर्घटना हो चुकी है, गल बहुत माड़ी हुई है, अगे साड़ी कलोनी कोई यहोजी गल नहीं हुई, सानू इवें महसूस होंगे जिमें बहरला गैंग है, ये साडा लोकल गैंग नहीं, इन्होंने सिलेंसर खोल के लैपटॉप नाल चोरी की है, जो साडा एक गल जरूर है भी साडा जिहड़ा पहला चौकीदार सी वो छुट्टी ते गया, ये नवा चौकीदार है, इहनू पता नहीं सी, असीं मंग करदे हां जी पूरी कार्रवाई होनी चाहिए है प्रशासन नूं। असीं एक होर चीज़ भी देखी है, जदों पुलिस वाले साढ़े इत्थों लंघते ने वो पहले ही बैल मारन लग जांदे हॉर्न बे चोर नस जाण, ये रात जो लंघे ने बैल मार के मैं वाइफ ने कहा, मैं क्या बैल तो इन्होंने पहले ही मार दी हॉर्न तो चोर तो पहले ही नस जाएंगे सुरखी हो जाएंगे, जेडे वो आते उन्होंने कहो जी बैल ना मारो तुम चुप करके लंघो तो सानू भी पता लगे, एवं वो पहले ही भजा देंगे। काफ़ी खौफ का माहौल है, चोरी हुई है उरे तो तुम देख सकते हो कि काफ़ी खौफ का माहौल है, इन्हों की मंग है कि जल्दी तो जल्दी जोड़े हैं चोरों को फड़िया जाए, पुलिस प्रशासन हद तक कोई कार्रवाई नहीं कर रहा, इन्हों का कहना है कि एक मुलाजम जरूर उरे आया सी लेकिन उन्होंने CCTV कैमरे चैक किए हैं तो उस तो बाद हजे तक उरे कोई पुलिस का बंदर नहीं आया, तो इन्हों की गेटा की भी मंग है कि उरे गेट लाए जाए, हूँ देखना होगा कि आने वाले दिनों पुलिस प्रशासन इस पर की कार्रवाई करता है। कैमरामैन मोहित के नाल संदीप चौधरी न्यूज़ 18 पंजाब।